ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਵੀਡੀਓ ਅੱਗੇ ਵਧਾ ਰਹੇ ਹਾਂ, ਲੇਕਿਨ ਤੁਹਾਨੂੰ ਹੱਥ ਜੋੜ ਕੇ ਬੇਨਤੀਆਂ ਨੇ, ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਝਬਾਲ 'ਚ ਖੜ੍ਹੇ ਹਾਂ, ਜ਼ਿਲ੍ਹਾ ਤਰਨ ਤਾਰਨ। ਬਹੁਤ ਸਾਰੇ ਸਤਨਾਮ ਸਿੰਘ ਵਰਗੇ ਵੀਰ ਘਰਾਂ 'ਚ ਪਏ ਪਏ ਗਲ ਰਹੇ ਹਾਂ, ਐਡੇ ਐਡੇ ਡੂੰਘੇ ਜ਼ਖਮ ਉਹ ਰੱਖੇ, ਐਡੇ ਐਡੇ ਵੱਡੇ, ਹੈ ਨਾ। ਇੱਦਾਂ ਦੇ ਬਹੁਤ ਸਾਰੇ ਸਤਨਾਮ ਸਿੰਘ ਵਰਗੇ ਵੀਰਾਂ ਨੂੰ, ਭੈਣਾਂ ਨੂੰ ਬਹੁਤ ਲੋੜ ਹੈ ਤੁਹਾਡੇ ਸਹਿਯੋਗ ਦੀ। ਤੁਸੀਂ ਵੀਡੀਓ ਸ਼ੇਅਰ ਕਰਕੇ ਇਹਨਾਂ ਤੱਕ ਪਹੁੰਚਾਉਣ ਦੇ ਵਿੱਚ ਜ਼ਰੂਰ ਕਿਰਪਾਲਤਾ ਕਰੋ। ਤੁਹਾਡੀ ਆਪਣੀ ਟੀਮ ਹੈ ਸਰਵ ਹਿਊਮੈਨਿਟੀ ਦੀ, ਤੁਸੀਂ ਫੇਸਬੁੱਕ 'ਤੇ ਸਾਨੂੰ ਦੇਖ ਰਹੇ ਹੋ, ਵਟਸਐਪ 'ਤੇ, ਇੰਸਟਾਗ੍ਰਾਮ 'ਤੇ ਦੇਖ ਰਹੇ ਹੋ, ਪਲੀਜ਼ ਵੀਡੀਓਜ਼ ਨੂੰ ਸ਼ੇਅਰ ਕਰਨਾ ਨਾ ਭੁੱਲੋ, ਤਾਂ ਹੀ ਬਹੁਤ ਸਾਰੇ ਵੀਰਾਂ ਭੈਣਾਂ ਦੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਤੁਸੀਂ ਸਿੱਧਾ ਸਹਿਯੋਗ ਪਾ ਸਕਦੇ ਹੋ। ਫਿਲਹਾਲ ਆਪਾਂ ਸਤਨਾਮ ਸਿੰਘ ਦੇ ਘਰ ਆਏ ਹਾਂ, ਬੰਦਾ 3 ਸਾਲ ਤੋਂ ਕਮਰੇ 'ਚ ਬੰਦ ਪਿਆ, ਪਤਾ ਕਿੱਡੇ ਕਿੱਡੇ ਜ਼ਖਮ, ਐਡੇ ਐਡੇ ਚੌੜੇ, ਐਡੇ ਐਡੇ ਡੂੰਘੇ। ਇਹ ਨੋਰਮਲ ਹਾਲਾਤ ਹੋ ਜਾਂਦੇ ਆ। 3 ਸਾਲ ਪਹਿਲਾਂ ਹੀ ਪਤਨੀ ਛੱਡ ਗਈ, ਮਲ ਮੂਤਰ 'ਚ ਲਿਬੜਿਆ ਪਿਆ, ਮੈਂ ਤੁਹਾਨੂੰ ਦਿਖਾਉਂਦਾ ਅੰਦਰ ਹਾਲਾਤ ਕਿਆ ਨੇ। ਤੁਹਾਡੀ ਜੇ ਰੂਹ ਕੰਬ ਰਹੀ ਹੈ ਇਨਸਾਨੀਅਤ ਲਈ ਨਾ, ਵੀਡੀਓਜ਼ ਨੂੰ ਸ਼ੇਅਰ ਕਰਕੇ ਸਤਨਾਮ ਸਿੰਘ ਵਰਗੇ ਵੀਰਾਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਜ਼ਰੂਰ ਕਰਿਓ, ਕਿਉਂਕਿ ਇਹ ਪਿੰਡਾਂ ਪਿੰਡਾਂ 'ਚ, ਸ਼ਹਿਰਾਂ ਸ਼ਹਿਰਾਂ 'ਚ, ਘਰਾਂ ਦੇ ਵਿੱਚ ਬੰਦ ਪਏ ਨੇ। ਇਹਨਾਂ ਨੂੰ ਘਰੋਂ ਕੱਢਣਾ ਹੈ। ਸਾਡੀ ਅਸੀਂ ਔਰ ਤੁਸੀਂ ਇੱਕ ਔਨਲਾਈਨ ਟੀਮ ਦੀ ਤਰ੍ਹਾਂ ਸਹਿਯੋਗ ਕਰਨਾ, ਤੁਸੀਂ ਸਾਡੇ ਵੀਡੀਓਜ਼ ਬਿਲਕੁਲ ਸ਼ੇਅਰ ਕਰਦੇ ਰਹੋ, ਕਿਉਂਕਿ ਤੁਹਾਡੇ ਹਰੇਕ ਵੀਡੀਓ ਸ਼ੇਅਰ ਕੀਤਾ ਹੋਇਆ ਬਹੁਤ ਸਾਰੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਿੱਧਾ ਸਹਿਯੋਗ ਕਰ ਰਿਹਾ। ਬੰਦਾ 3 ਸਾਲ ਤੋਂ ਇਸੇ ਘਰ ਦੇ ਵਿੱਚ ਬੰਦ ਹੈ, ਬੜੇ ਬੁਰੇ ਹਾਲਾਤਾਂ ਦੇ ਵਿੱਚ, ਹੈ ਨਾ। ਮੈਂ ਦੇਖ ਰਿਹਾ ਸੀ ਅੰਦਰ ਵੜਦਾ ਹੋਇਆ, ਕੰਧਾਂ 'ਚੋਂ ਸੀਮੈਂਟ ਛੱਡ ਗਿਆ, ਸਰੀਆ ਸਾਰਾ ਸੀਮੈਂਟ ਛੱਡ ਗਿਆ, ਬੁਰੇ ਹਾਲਾਤਾਂ ਦੇ ਵਿੱਚ ਪਿਆ। ਭਰਾ ਜਿੰਨਾ ਕੁ ਮਾੜਾ ਮੋਟਾ ਕਰ ਸਕਦਾ ਉਨਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਕਿਸ ਹਾਲਤ ਤੱਕ, ਹੈ ਨਾ। 14 ਸਾਲ ਦਾ ਬੱਚਾ ਹੈ, ਉਹ ਵੀ ਮਾਂ ਆਪਣੇ ਨਾਲ ਲੈ ਗਈ, ਹੈ ਨਾ। ਬੜੇ ਭਿਆਨਕ ਔਰ ਬੜੇ ਹੀ ਦਰਦ ਭਰੇ ਹਾਲਾਤਾਂ 'ਚ ਪਿਆ, ਸਾਰਾ ਘਰ ਚੁੰਦਾ ਹੋਏਗਾ ਪੱਕਾ, ਇਹ ਸਾਰਾ ਘਰ ਚੁੰਦਾ, ਇਹ ਵੀ ਸਾਰਾ ਘਰ ਚੁੰਦਾ ਹੈ। ਵਾਹਿਗੁਰੂ, ਬੜੀ ਬੜੀ ਭਿਆਨਕ ਬਦਬੂ ਹੈ ਇੱਥੇ, ਬਟ ਕੋਈ ਨਹੀਂ, ਵੀਰ ਨੂੰ ਲੈ ਕੇ ਜਾਵਾਂਗੇ। ਇਹਦੇ ਉੱਪਰ ਮਲ ਮੂਤਰ ਕਰਨ ਜਾਂਦੇ ਹੋ? ਇਹ ਤਾਂ ਸਾਰਾ ਪਿਸ਼ਾਬ ਲੱਦਿਆ ਪਿਆ, ਹਾਂਜੀ, ਲੈਟਰਿੰਗ ਪਿਸ਼ਾਬ ਪਿਆ ਇਹਦੇ ਅੰਦਰ, ਹਾਂਜੀ। ਦੇਖਿਓ ਭਾਜੀ, ਥੋੜ੍ਹੇ ਜ਼ਖਮ ਕਿੰਨੇ ਕੁ ਵੱਡੇ ਵੱਡੇ ਆ, ਪਿੱਛੇ ਮੈਂ ਦੇਖੀ ਫੋਟੋ ਤੁਹਾਡੀ, ਵੀਡੀਓ ਦੇਖੀ, ਬੜੇ ਭਿਆਨਕ ਹੈ। ਤੁਸੀਂ 3 ਸਾਲ ਤੋਂ ਇੱਦਾਂ ਹੀ ਪਏ ਹੋ? ਕਿੱਥੇ ਤੁਸੀਂ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਸੀਗੇ? ਕਿੱਥੇ ਨਿਭਾਉਂਦੇ ਸੀ? ਬਾਬਾ ਬੁੱਢਾ ਸਾਹਿਬ। 10 ਸਾਲ ਉੱਥੇ ਨਿਭਾਈ। ਉੱਥੇ ਜੋ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਹੈ, ਉਹਨੇ ਜਾਂ ਬਾਕੀ ਸਿੰਘਾਂ ਨੇ ਕੋਈ ਸਾਥ ਦਿੱਤਾ ਤੁਹਾਡਾ ਜਦ ਇਹ ਹਾਲਾਤ 'ਚ ਪਹੁੰਚੇ? ਬਾਕੀ ਸਿੰਘ ਵਿਚਾਰੇ ਜਿਹੜੇ ਮੇਰੇ ਵਰਗੇ, ਸਗੋਂ ਇਹਨੂੰ ਪਿੱਛੇ ਕਰੋ ਵੀਰ, ਇਸ 'ਚੋਂ ਬਦਬੂ ਆ ਰਹੀ ਹੈ ਬਹੁਤ ਜ਼ਿਆਦਾ। ਆਹ ਵਿੱਚ ਪਿਆ ਸਾਰਾ ਕੁਝ, ਦੇਖੋ, ਹਾਂ ਪਿਸ਼ਾਬ ਪਿਆ ਸਾਰਾ, ਇਹਨੂੰ ਪਿੱਛੇ ਕਰ ਲਓ ਮਾੜਾ ਜਿਹਾ। ਜਦ ਤੁਹਾਡੇ 6:00 ਵਜੇ ਭਿਆਨਕ, ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਨੇ, ਹੋਰ ਸਿੰਘਾਂ ਨੇ ਸਾਥ ਦਿੱਤਾ ਕੋਈ? ਨਾ ਜੀ, ਜਿਹੜੇ ਮੇਰੇ ਵਰਗੇ ਹੀ ਸਗੋਂ ਉਹਨਾਂ ਨੇ ਕੋਈ ਸਾਥ। ਤੁਸੀਂ ਗੁਰੂ ਘਰ ਦੇ ਵਜ਼ੀਰ ਰਹੇ ਹੋ, 10 ਸਾਲ ਡਿਊਟੀ ਨਿਭਾਈ ਹੈ, ਕੋਈ ਸਾਥ ਨਹੀਂ ਮਿਲਿਆ? ਨਹੀਂ ਜੀ, ਕਿਸੇ ਨੇ ਸਾਥ, ਭਾਵੇਂ ਹੋਵੇ, ਕੱਚਾ ਹੋਵੇ, ਪੱਕਾ ਹੋਵੇ। ਉਹ ਨਹੀਂ ਭਾਜੀ, ਕੋਈ ਨਹੀਂ, ਉਹਨਾਂ ਨੂੰ ਫੈਸਿਲਿਟੀ ਤੁਹਾਨੂੰ ਪਤਾ ਆਪਣਾ ਕੋਈ ਨਹੀਂ, ਸਮਾਜ ਇਸ ਤਰ੍ਹਾਂ ਦਾ ਵਾ। ਇਹ ਤਾਂ ਕੁਦਰਤੀ ਸਾਨੂੰ ਉੱਥੇ ਇੱਕ ਤੁਹਾਡੇ ਅਰਗੀ ਰੱਬ ਰੂਹ ਟੱਕਰੀ ਹੋਸਪਿਟਲ, ਅਸੀਂ ਗੁਰਨਾਨਕ ਹੋਸਪਿਟਲ ਰਾਤ ਰਾਤ ਲੈ ਗਏ, ਤੇ ਅਸੀਂ ਵੀ ਜਿਸ ਤਰ੍ਹਾਂ ਵੀ ਸਾਡਾ ਨੰਬਰ ਸਾਡਾ ਕਿਵੇਂ ਮਿਲਿਆ ਸਾਰਾ ਕੁਝ ਤੁਹਾਨੂੰ? ਇਹ ਪਤਾ ਨਹੀਂ, ਇਹਨੇ ਰਹੀ ਅੱਗੇ ਹਰਾ ਲਿਆ ਜੀ, ਮੈਂ ਹੀ ਇਦਾਂ ਵੇਖ ਰਿਹਾ ਸੀ, ਤੁਹਾਡੀਆਂ ਹੀ ਵੀਡੀਓ ਵੇਖ ਰਿਹਾ ਸੀ। ਅੱਛਾ, ਤੇ ਉਹਦੇ ਤੇ ਨੰਬਰ ਆ ਗਿਆ। ਹਾਂ, ਤੇ ਮੁੜ ਕੇ ਮੈਂ ਇਸ ਤਰ੍ਹਾਂ, ਪਹਿਲਾਂ ਤੇ ਮੈਂ ਤੁਹਾਨੂੰ ਇਹ ਐਵੇਂ ਆਖਾਂ, ਇਹ ਲੁਧਿਆਣੇ ਵਾਲਿਆਂ ਨੂੰ ਭਾਈ, ਉਹਨਾਂ ਨੂੰ ਕਰਦੇ ਰਹੇ ਹੋ ਜਿਹੜੇ ਮੁਕਤਾਂ ਦੀ ਸੇਵਾ ਵਾਲਿਆਂ ਨੂੰ, ਗੱਲਬਾਤ ਕਰਦੇ ਰਹੇ ਆ। ਇੱਕ ਹੋਰ ਹੀ ਸੋਸਾਇਟੀ ਕਿੱਥੋਂ, ਇੱਧਰ ਪਟਿਆਲੇ ਵਾਲੇ ਪਾਸੋਂ,
ਆਉਂਦੇ ਵੀ ਅਸੀਂ ਵੀ ਸਾਡੇ ਕੋਲ ਮਰੀਜ਼ ਬਹੁਤ ਜ਼ਿਆਦਾ ਆ, ਅਸੀਂ ਨਹੀਂ ਤੁਹਾਨੂੰ ਖੜ ਸਕਦੇ। ਸੰਗਤ ਜੀ, ਚਾਹੇ ਉਹ ਮਿੰਟੂ ਵੀਰ ਆ ਮਨੁੱਖ ਦੀ ਸੇਵਾ ਵਾਲੇ ਜਾਂ ਬਾਕੀ ਵੀਰ ਨੇ, ਹੈ ਨਾ, ਇਹ ਸਪਾਈਨਲ ਕੋਰਡ ਇੰਜਰੀ ਦੇ ਸਪੈਸ਼ਲ ਮਰੀਜ਼ ਹੁੰਦੇ ਆ। ਇਹ ਜੋ ਸੇਵਾ ਹੈ ਨਾ, ਇਹ ਗੁਰੂ ਸਾਹਿਬ ਨੇ ਪੂਰੇ ਆਲ ਓਵਰ ਇੰਡੀਆ ਸਾਨੂੰ ਇਹ ਬਖਸ਼ੀ ਹੋਈ ਹੈ, ਹੈ ਨਾ। ਜ਼ਿਲ੍ਹਾ ਮੋਹਾਲੀ ਦੇ ਵਿੱਚ ਪੀ ਜੀ ਆਈ ਹਸਪਤਾਲ ਚੰਡੀਗੜ੍ਹ ਤੋਂ 6 ਕਿਲੋਮੀਟਰ ਅੱਗੇ ਸੈਂਟਰ ਚੱਲਦੇ ਸਾਡੇ। ਇਹ ਜੋ ਸਪਾਈਨਲ ਕੋਰਡ ਇੰਜਰੀ ਦੇ ਮਰੀਜ਼ ਨੇ, ਇਹ ਜੋ ਸੇਵਾ ਹੈ ਨਾ, ਇਹਦੀ ਸਪੈਸ਼ਲ ਟ੍ਰੀਟਮੈਂਟ ਨੇ, ਅਲੱਗ ਤਰ੍ਹਾਂ ਦੇ ਟ੍ਰੀਟਮੈਂਟ ਨੇ, ਡਾਕਟਰੀ ਇਲਾਜ ਹੈ ਸਾਡੇ ਕੋਲ, ਰਹਿਣਾ ਖਾਣਾ ਪੀਣਾ ਸਾਰਾ ਕੁਛ, ਟ੍ਰੀਟਮੈਂਟ ਐਂਬੂਲੈਂਸ ਤੋਂ ਲੈ ਕੇ ਦਵਾਈਆਂ। ਤੁਹਾਨੂੰ ਕਿਸੇ ਵੀਡੀਓ ਭੇਜੇ, ਤੁਸੀਂ ਦੇਖੇ ਹੋਣੇ, ਇਹ ਮੇਰੇ ਹੁਣ ਚਾਚੇ ਦੇ ਮੁੰਡੇ ਗਏ ਹੋਣੇ ਕੰਮਾਂ ਤੇ, ਇੱਕ ਇਹਦਾ ਤੇ ਅਸੀਂ ਆਪ ਕਬਜ਼ ਕਰਕੇ, ਮਤਲਬ ਕਿ ਇਹ ਇਦਾਂ, ਮਤਲਬ ਕਿ ਅੰਦਰ। ਸਤਰਾਮ ਸਿੰਘ, ਮੈਨੂੰ ਤੁਸੀਂ ਫੋਨ ਤੇ ਕਹਿ ਰਹੇ ਸੀਗੇ ਤੁਸੀਂ ਜ਼ਹਿਰ ਦਾ ਟੀਕਾ ਲਵਾ ਕੇ ਮਰਨਾ ਚਾਹੁੰਦੇ ਸੀ, ਐਦਾਂ ਦੀ ਹਾਲਾਤ ਕਿਵੇਂ ਸੋਚਣ ਲੱਗ ਗਏ? ਮੈਂ ਮਹਾਰਾਜ ਜੀ ਤੋਂ ਇਹੋ, ਮਹਾਰਾਜ ਮੈਨੂੰ ਲੈ ਜਾਓ, ਮੇਰੇ ਕੋ ਨਹੀਂ ਪੀੜ ਨਹੀਂ ਚਲੀ ਜਾਂਦੀ ਵਾਹਿਗੁਰੂ, ਇੰਨੀ ਜ਼ਿਆਦਾ ਦਰਦ ਹੁੰਦੀ ਹੈ ਜੀ, ਰਾਤ ਮੈਂ ਰੋ ਨਹੀਂ ਸਕਦਾ। ਜੇ ਰੋਨਾ ਤੇ ਆਖ ਦਿੰਦੇ ਆ ਅੱਗੇ ਲਾਗੇ ਗੁਆਂਢੀ ਕਹਿ ਦਿੰਦੇ, ਪਖੰਡ ਕਰਦਾ ਮੈਂ, ਚੰਗਾ ਜੀ ਮੈਂ ਪਖੰਡ ਹੀ ਕਰਦਾ ਹੋਵਾਂ ਵਾਹਿਗੁਰੂ ਵੱਲੋਂ, ਮੈਂ ਸਗੋਂ ਝੂਠ ਮਾਰਦਾ ਹਾਂ ਭਾਈ ਮੈਨੂੰ ਕੁਛ ਹੁੰਦਾ ਵਾ। ਲੋਕ ਕਹਿੰਦੇ ਪਖੰਡ ਕਰਦਾ, ਹਾਂਜੀ ਇੰਨਾ ਕੁਛ ਵੇਖ ਕੇ ਵੀ ਆਖ ਦਿੰਦੇ ਪਖੰਡ ਕਰਦਾ ਜੀ, ਤੇ ਬਾਕੀ ਕਹਿਣ ਵਾਲੇ ਕਹਿ ਦਿੰਦੇ ਅਸੀਂ ਕਰਦੇ ਰਹੇ ਆ। ਵਾਹਿਗੁਰੂ ਜੀ ਹੁਣ ਆ ਰੋਟੀ ਦਾ ਡੱਬਾ ਭਰਾ ਲਿਆ ਵਾ, ਹੁਣ ਰੋਟੀ ਦੇ ਡੱਬੇ, ਚਲੋ ਭੁੱਖ ਲੱਗੀ ਤੇ ਮੈਂ ਖਾ ਲੈਣੀ ਆ, ਬਾਕੀ ਮੈਂ ਕਿਸੇ ਵੇਲੇ ਜ਼ਿਆਦਾ ਨਾ ਬੈਠਾ ਜਾਂਦਾ ਨਾ ਖਲੋਤਾ ਜਾਂਦਾ, ਇੱਦਾਂ ਹੀ ਪਏ ਰਹਿੰਦੇ ਹੋ? ਇੱਦਾਂ ਹੀ ਪਏ ਰਹਿੰਦਾ, ਤੇ ਉਹ ਜਿਹੜਾ ਹਿੱਕ ਤੇ ਰਹਿੰਦਾ ਵਾ, ਤੁਹਾਨੂੰ ਪਤਾ ਫਿਰ ਅੰਦਰ ਕਬਜ਼ ਹੀ ਹੋਣੀ ਹੈ ਜੀ, ਤੇ ਉਹਦਾ ਕਬਜ਼ ਕਰਕੇ ਮੁੜ ਕੇ ਦਰਦ ਦੇ ਨਾਲ ਕਿਸੇ ਵੇਲੇ ਆਪਣੇ ਆਪ ਵੀ ਬਾਥਰੂਮ ਨਿਕਲੀ ਜਾਂਦਾ ਵਾ। ਅੱਛਾ, ਦਰਦ ਕਰਕੇ ਛੇਤੀ ਤੁਹਾਨੂੰ ਪਤਾ ਨਹੀਂ ਹੋਇਆ ਜਾਂਦਾ, ਤੇ ਉਹਦਾ ਕਰਕੇ ਫਿਰ ਇਹ ਜ਼ਿਆਦਾ ਜ਼ਖਮ ਹੋ ਗਏ ਆ ਜੀ। ਕੀੜੇ ਵੀ ਪਏ ਆ ਕਿਤੇ? ਨਹੀਂ ਨਹੀਂ ਕੀੜੇ ਨਹੀਂ ਮਹਾਰਾਜ ਜੀ, ਮੈਂ ਤੇ ਜ਼ਖਮ ਆਪੇ ਹੀ ਸਗੋਂ ਅੱਗੇ ਪਹਿਲਾਂ ਸਗੋਂ ਜਦੋਂ ਰੀੜ ਦੀ ਹੁੰਦੀ ਹੈ, ਬਹੁਤ ਬੜੇ ਜ਼ਖਮ ਨੇ, ਮੈਂ ਦੇਖ ਰਿਹਾ ਸੀਗਾ ਬਹੁਤ ਸਾਰੀਆਂ ਭੈਣਾਂ ਲਗਾਤਾਰ ਫੋਨ ਕਰ ਰਹੀਆਂ ਨੇ, ਬਹੁਤ ਸਾਰੇ ਵੀਰ ਲਗਾਤਾਰ ਫੋਨ ਕਰ ਰਹੇ, ਨਵੀਂ ਬਿਲਡਿੰਗ 'ਚ ਸ਼ਿਫਟ ਕਰਨ ਲੱਗੇ ਹਾਂ ਖਰੜ ਲਾਗੇ ਜ਼ਿਲ੍ਹਾ ਮੋਹਾਲੀ ਦੇ ਵਿੱਚ, ਤਾਂ ਕਰਕੇ ਬਹੁਤ ਸਾਰੇ ਪੇਸ਼ੈਂਟ ਹੋਲਡ ਕੀਤੇ ਹੋਏ ਨੇ। ਜਿਨ੍ਹਾਂ ਵੀਰਾਂ ਦੀ ਬਹੁਤ ਭਿਆਨਕ ਹਾਲਾਤ ਹੈ ਉਹਨਾਂ ਨੂੰ ਲੈਣ ਜ਼ਰੂਰ ਚੱਲ ਜਾਂਦੇ ਹਾਂ, ਤੁਸੀਂ ਸਾਡੀ ਮਜਬੂਰੀ ਸਮਝੋ, ਅਸੀਂ ਬਹੁਤ ਜਲਦੀ ਨਾ 30 ਜਨਵਰੀ ਦੇ ਲਾਗੇ ਸ਼ਿਫਟ ਕਰਨ ਵਾਲੇ ਹਾਂ। ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਸਤਰਾਮ ਸਿੰਘ ਵਰਗੇ ਵੀਰਾਂ ਤੱਕ ਵੀਡੀਓਜ਼ ਪਹੁੰਚਾਉਣ ਦੇ ਵਿੱਚ ਜ਼ਰੂਰ ਸਹਿਯੋਗ ਕਰੋ, ਬਹੁਤ ਜ਼ਰੂਰੀ ਸੇਵਾ ਹੈ। ਇਹ ਸਤਰਾਮ ਸਿੰਘ ਇਕੱਲਾ ਨਹੀਂ ਹੈ, ਸਾਨੂੰ ਬੜੀ ਚੰਗੀ ਤਰ੍ਹਾਂ ਡੇਟਾ ਪਤਾ ਹੈ, ਪੰਜਾਬ ਗਵਰਨਮੈਂਟ ਦਾ ਡੇਟਾ, 2.25 ਲੱਖ ਦੇ ਕਰੀਬ ਇਸ ਤਰ੍ਹਾਂ ਦੇ ਮਰੀਜ਼ ਸਿਰਫ ਪੰਜਾਬ 'ਚ ਪਏ ਹੈ, 2.25 ਲੱਖ ਦੇ ਕਰੀਬ ਇਹ ਘਰਾਂ ਦੇ ਵਿੱਚ ਪਏ ਘਿਸੜ ਘਿਸੜ ਕੇ ਮੌਤ ਦੀ ਉਡੀਕ ਕਰ ਰਹੇ ਹੈ, ਬਟ ਇਹ ਬਚਾਏ ਜਾ ਸਕਦੇ, ਠੀਕ ਕੀਤੇ ਜਾ ਸਕਦੇ। ਸਤਰਾਮ ਸਿੰਘ, ਤੁਹਾਨੂੰ ਮੈਂ ਇੰਨੀ ਜ਼ਬਾਨ ਦਿੰਦਾ, ਗੁਰੂ ਸਾਹਿਬ ਨੇ ਤੁਹਾਨੂੰ ਮੌਕਾ ਬਖਸ਼ਤਾ, ਮੇਰਾ ਯਕੀਨ ਕਰੋ ਜਿਸ ਹਾਲਾਤਾਂ ਦੇ ਵਿੱਚ ਅਸੀਂ ਪੇਸ਼ੈਂਟ ਲੈ ਕੇ ਆਉਂਦੇ ਨਾ, ਇਹ ਤਾਂ ਕੁਛ ਵੀ ਨਹੀਂ ਹੈ, ਤੁਸੀਂ ਤਾਂ ਬੜੀ ਜਲਦੀ ਠੀਕ ਹੋ ਜਾਓਗੇ। ਹਾਂਜੀ, ਬਾਕੀ ਮੈਨੂੰ ਇਹ ਕਬਜ਼ ਤਾਂ ਹੀ ਆ, ਤੁਸੀਂ ਬਹੁਤ ਜਲਦੀ ਠੀਕ ਹੋ ਜਾਓਗੇ, ਤੁਹਾਡਾ ਤਾਂ ਚੱਕਰ ਹੀ ਕੋਈ ਨਹੀਂ ਲੱਗਦਾ, ਪੇਟ 'ਚ ਤਾਂ ਸਾਫ ਹੋ ਜਾਂਦਾ ਵਾ ਨਾ, ਅਤੇ ਅੱਗੇ ਧੁੱਪਾਂ ਲੱਗਦੀਆਂ ਧੁੱਪੇ। ਲੋਕ ਪੇਸ਼ੈਂਟ ਨੂੰ ਟਾਈਮ ਨਹੀਂ ਦੇਣਾ ਚਾਹੁੰਦੇ, ਹੈ ਨਾ, ਇਹਨਾਂ ਦੀ ਪਤਨੀ ਛੱਡ ਗਈ ਇਹਨਾਂ ਨੂੰ, ਥੋੜ੍ਹਾ ਜਿਹਾ ਟਾਈਮ ਦੇਣਾ ਸੀ, ਥੋੜ੍ਹੇ ਸਾਫ਼ ਸੰਭਾਲ ਕਰਨੀ, ਥੋੜ੍ਹਾ ਜਿਹਾ ਇਲਾਜ ਕਰਨਾ ਸੀ, ਇਹ ਬੰਦਾ ਠੀਕ ਹੋ ਜਾਣਾ ਸੀ, ਕਿੱਡੀ ਕੀ ਗੱਲ ਹੈ, ਲੇਕਿਨ ਕੋਈ ਇਨਸਾਨੀਅਤ ਲਈ ਟਾਈਮ ਹੀ ਨਹੀਂ ਦੇਣਾ ਚਾਹੁੰਦਾ, ਬੜੀ ਹੈਰਾਨੀ ਹੁੰਦੀ ਉਸ ਟਾਈਮ ਮੈਨੂੰ। ਹਾਂਜੀ, ਮੈਨੂੰ ਇੱਕ ਡਾਕਟਰ ਨੇ ਸਗੋਂ ਮਤਲਬ ਕਿ ਹੋਮਿਓਪੈਥਿਕ ਦੇ ਆ, ਉਹ ਅੱਗੇ ਸਗੋਂ ਥੋੜ੍ਹਾ ਜਿਹਾ ਸਗੋਂ ਸਹੀ ਹਾਂ, ਅੰਦਰ ਬਾਹਰ ਹੋ ਜਾਂਦਾ ਹਾਂ, ਉਹ ਮੈਂ ਪਾਣੀ ਵਾਲੇ ਨੀਮੇ ਦੇ ਨਾਲ ਮਤਲਬ ਕਿ ਆਪਣਾ ਪੇਟ ਸਾਫ਼ ਕਰ। ਸਾਡੇ ਨਾਲ ਗੱਲ ਹੋਈ ਹੈ ਤਾਂ ਕਿਆ ਸੋਚ ਕੇ ਚੱਲੇ ਹੋ ਸਾਡੇ ਨਾਲ, ਕਿਆ ਉਮੀਦ ਲੈ ਕੇ ਚੱਲੇ ਹੋ? ਚੱਲੇ ਇਹੋ ਹੀ ਭਾਈ, ਮੈਂ ਤੁਹਾਨੂੰ ਗੁਰੂ ਰਾਮਦਾਸ ਜੀ ਵਾਂਗੂ ਮਹਾਰਾਜ, ਉਹਨਾਂ ਦੇ ਸਿੱਖ ਮਹਾਰਾਜ ਜੀ, ਮੈਨੂੰ ਕੋਈ ਤੁਹਾਡਾ ਰੂਪ ਹੀ ਆ ਜਾਵੇ, ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ, ਮੈਨੂੰ ਤੁਸੀਂ ਆਪਣੇ ਰੂਪ ਦੇ ਵਿੱਚ ਹੀ ਮੈਨੂੰ ਲੈ ਜਾਵੋ,
ਬਸ ਮੈਂ ਕਿਸੇ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਬਸ ਸੇਵਾ ਕਰਦਾ ਰਵਾਂ, ਹੋਰ ਕੁਛ ਨਹੀਂ ਮੈਨੂੰ ਚਾਹੀਦਾ। ਬਹੁਤ ਠੰਡ ਸੀ, ਬਹੁਤ ਧੁੰਦ ਸੀ, ਮੈਂ ਸੋਚ ਰਿਹਾ 2 ਦਿਨ ਬਾਅਦ ਚੱਲੇ ਮੌਸਮ ਖੁੱਲ੍ਹ ਜਾਏ ਨਾ, ਕਿਉਂਕਿ ਫਿਰ ਐਂ ਵੀ ਹੁੰਦਾ ਹੈ ਨਾ ਕਿ ਗੁਰੂ ਗ੍ਰੰਥ ਸਾਹਿਬ ਨਾ ਸਾਡੇ ਜੀਵਤ ਪਿਤਾ ਨਾ, ਉਹਨਾਂ ਦੇ ਵਜ਼ੀਰ ਰਹੇ ਹੈ, ਉਹਨਾਂ ਦੀ ਸੇਵਾ ਸੰਭਾਲ ਕਰਦੇ ਰਹੇ। ਮੈਂ ਕਿਹਾ ਨਹੀਂ, ਗ੍ਰੰਥੀ ਸਿੰਘ ਹੈ, ਸਪੈਸ਼ਲ ਜ਼ਰੂਰ ਚੱਲਾਂਗੇ, ਭਾਵੇਂ ਧੁੰਦ ਹੈ ਭਾਵੇਂ ਜ਼ਿਆਦਾ ਠੰਡ ਹੈ, ਜ਼ਰੂਰ ਲੈਣ ਚੱਲਣਾ। ਕੱਲ੍ਹ ਸ਼ਾਮੀ ਉਹ ਗੱਲ ਹੋਈ ਸੀ ਆਪਣੀ ਰਾਤ ਨੂੰ ਹੈ ਨਾ, ਅੱਜ ਆ ਗਏ ਹਾਂ। ਅਤੇ ਕੋਈ ਗੱਲ ਨਹੀਂ ਸਤਨਾਮ ਸਿੰਘ ਜੀ, ਅੱਜ ਤੋਂ ਬਾਅਦ ਇੱਥੋਂ ਕੁਛ ਵਧੀਆ ਹੀ ਹੋਣਾ ਤੁਹਾਡੇ ਨਾਲ, ਯਕੀਨ ਕਰੋ ਨਾ। ਆਪਾਂ ਨਵੇਂ ਸਿਰੇ ਤੋਂ ਇਲਾਜ ਕਰਾਂਗੇ, ਇੱਕ ਗੱਲ ਯਾਦ ਰੱਖਿਓ, ਇਲਾਜ ਨੂੰ ਟਾਈਮ ਦੇਣਾ ਪੈਂਦਾ, ਕਾਹਲੀ ਕਾਹਲੀ 'ਚ ਕੁਛ ਨਹੀਂ ਹੋਣਾ, ਰਾਤੋ ਰਾਤ ਕੁਛ ਨਹੀਂ ਬਦਲਣਾ, ਕੁਛ ਮਹੀਨੇ ਲੱਗਣਗੇ ਔਰ ਜ਼ਿੰਦਗੀ 'ਚ ਵਾਪਸੀ ਹੋ ਜਾਏਗੀ ਤੁਹਾਡੀ। ਵਾਹਿਗੁਰੂ ਜੀ, ਅੰਦਰੋਂ ਦਰਦ ਇਸ ਤਰ੍ਹਾਂ ਹੁੰਦੀ ਹੈ ਜਿਸ ਤਰ੍ਹਾਂ ਅੰਦਰ ਮਤਲਬ ਕਿ ਇੱਦਾਂ ਬੋਟੀ ਜਿਹੜੀ ਖਿੱਚ ਕੇ ਅਤੇ ਬਾਹਰ ਕੱਢੀ ਹੁੰਦੀ ਹੈ, ਇਸ ਤਰ੍ਹਾਂ ਦਰਦ ਹੁੰਦੀ ਆ। ਮਤਲਬ ਕਿ ਇੱਦਾਂ ਜਦੋਂ ਮਤਲਬ ਕਿ ਲੱਤਾਂ ਸੁੰਨ ਹੋ ਜਾਂਦੀਆਂ ਵਾ, ਦਰਦ ਨਾ ਭਰ ਜਾਂਦਾ ਕਿਸੇ ਵੇਲੇ, ਵਾਹਿਗੁਰੂ ਦਾ ਨਾਮ ਲੈਂਦਿਆਂ ਲੈਂਦਿਆਂ ਮੈਨੂੰ ਨੀਂਦ ਵੀ ਆ ਜਾਂਦੀ ਆ। ਬਾਕੀ ਇਹ ਆ ਭਾਈ ਕਿਸੇ ਜਦੋਂ ਫਿਰ ਨੀਂਦ ਖੁੱਲ੍ਹ ਜਾਂਦੀ ਦਰਦ ਦੇ ਨਾਲ, ਅਤੇ ਉਹ ਫਿਰ ਠੰਡ ਜਿਹੜੀ ਆ ਪੈਰਾਂ ਤੋਂ ਚੜ੍ਹਨੀ ਸ਼ੁਰੂ ਹੋ ਜਾਂਦੀ ਆ, ਅਤੇ ਉਹ ਅੰਦਰ ਖਾਧਾ ਪੀਤਾ ਜਿਹੜਾ ਕਬਜ਼ ਦੇ ਰੂਪ 'ਚ ਮਤਲਬ ਕਿ ਹੋ ਜਾਂਦਾ ਹੈ, ਅਤੇ ਕਬਜ਼ ਨਾਲ ਜਦੋਂ ਪੇਟ ਸਾਫ਼ ਹੋ ਜਾਂਦਾ ਨਾ ਜਦੋਂ, ਉਦੋਂ ਤਾਂ ਬਿਲਕੁਲ ਸਹੀ ਹੋ ਜਾਂਦਾ, ਅਤੇ ਨਾ ਤਾਂ ਭੁੱਖੇ ਪੇਟ ਹੀ ਫਿਰ ਮੁੜ ਕੇ ਰਿਹਾ ਜਾਂਦਾ ਹੈ ਜੀ। ਅਤੇ ਹੁਣ ਭਰਾ ਮੇਰਾ ਚਲੋ ਜਿਸ ਤਰ੍ਹਾਂ ਵੀ ਆ ਪ੍ਰਸ਼ਾਦਾ ਪਾਣੀ ਲਿਆਉਂਦਾ, ਸ਼ੁਕਰ ਹੈ, ਸ਼ੁਕਰ ਹੈ, ਹਾਂਜੀ। ਬਾਕੀ ਇਸ ਤੋਂ ਸਿਵਾਏ ਵਿਚਾਰਾ ਚਲੋ ਜਿੰਨਾ ਵੀ ਕਰਦਾ ਹੈ ਬਹੁਤ ਵਧੀਆ ਹੈ, ਮਹਾਰਾਜ ਇਹਨੂੰ ਵੀ ਤੰਦਰੁਸਤੀਆਂ ਬਖਸ਼ੇ, ਇਹਦਾ ਵੀ ਜੀਵਨ ਸੁਖੀ ਰੱਖੇ। ਬਿਲਕੁਲ ਜੀ, ਹਾਂਜੀ। ਮੈਂ ਤਾਂ ਹਰ ਇੱਕ ਨੂੰ ਮੈਂ ਜਿਹੜਾ ਕਰਦਾ ਉਹਦਾ ਵੀ ਭਲਾ ਹੋਵੇ, ਜਿਹੜਾ ਨਹੀਂ ਕਰਦਾ ਉਹਦਾ ਵੀ ਭਲਾ ਹੋਵੇ। ਜ਼ਿੰਦਗੀ ਜੀਣਾ ਚਾਹੁੰਦੇ ਹੋ ਨਾ ਵਧੀਆ, ਹਾਂਜੀ, ਹਨਾ, ਕਿਉਂਕਿ ਮਦਦ ਹਮੇਸ਼ਾ ਉਸ ਇਨਸਾਨ ਦੀ ਕੀਤੀ ਜਾ ਸਕਦੀ ਹੈ ਜੋ ਮਦਦ ਲੈਣਾ ਚਾਹੁੰਦਾ, ਹਾਂਜੀ, ਹਨਾ, ਹਾਂਜੀ। ਤੇ ਤੁਹਾਨੂੰ ਲੈ ਕੇ ਚੱਲਦੇ ਹਾਂ, ਇਲਾਜ ਹੋਏਗਾ, ਸਭ ਕੁਛ ਵਧੀਆ ਹੋਏਗਾ, ਅਨੁਸ਼ਾਸਨ ਔਰ ਡਿਸਿਪਲਿਨ 'ਚ ਰਹਿ ਕੇ ਹੋਏਗਾ, ਠੀਕ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਤੇ ਯਕੀਨ ਹੈਗਾ, ਰੱਖ ਕੇ ਚੱਲਿਓ ਪੂਰਾ। ਗੁਰੂ ਮਹਾਰਾਜ ਆਪਾਂ ਵਾਹਿਗੁਰੂ ਜੀ ਉਹਦੇ ਹੀ ਭੇਜੇ, ਮੈਂ ਹੁਣ ਪਟਾ ਦੇ ਸਵਈਆ ਲੱਗ ਗਈ ਗੁਟਕੇ ਸਾਹਿਬ ਆ, ਤੇ ਕਿਸੇ ਵੇਲੇ ਖਾਇਓ, ਹਾਂਜੀ। ਅੱਛਾ, ਪਾਠ ਨਿਰੰਤਰ ਚੱਲਦਾ ਰਹਿੰਦਾ? ਹਾਂਜੀ, ਚੱਲਦਾ ਰਹਿੰਦਾ, ਜਦੋਂ ਤੇ ਮੇਰਾ ਸਰੀਰ ਬਿਲਕੁਲ ਸਹੀ ਹੁੰਦਾ, ਹੱਥ ਪੈਰ ਧਵਾ ਲਈਦੇ ਆ, ਮੈਂ ਨਹਾ ਵੀ ਲੈਂਦਾ ਹਾਂ, ਆਪਣੇ ਆਪ ਵੀ ਨਹਾ ਲੈਣਾ। ਹੁਣ ਆ ਦਰਦ ਕਰਕੇ ਨਾ ਲੱਤਾਂ ਸੁੱਜ ਗਈਆਂ ਏ, ਮੇਰੇ ਕੋਲ ਅੰਦਰ ਬਾਹਰ ਹੋਇਆ ਨਹੀਂ ਜਾਂਦਾ। ਸ਼ੇਰ ਸਿੰਘ ਦੇ ਲਾਗੇ ਰੱਖਾਂਗੇ ਭਾਜੀ ਨਾ, 35% ਲੈ ਕੇ ਚੱਲਦੇ ਆ, ਸ਼ੇਰ ਸਿੰਘ ਦੇ ਬਾਕੀ ਸੇਵਾ ਕਰ ਦੇਣੀ ਆ। ਤੋ ਸੰਗਤ ਜੀ, ਤੁਹਾਡੇ ਤੋਂ ਇਹੀ ਉਮੀਦ ਹੈ ਵੀਡੀਓ ਨੂੰ ਸ਼ੇਅਰ ਕਰਕੇ ਸਤਨਾਮ ਸਿੰਘ ਵਰਗੇ ਵੀਰਾਂ ਤੱਕ ਜ਼ਰੂਰ ਪਹੁੰਚਾਇਓ, ਤਾਂ ਕਿ ਇਹੋ ਜਿਹੇ ਵੀਰ ਸਾਨੂੰ ਫੋਨ ਕਰਕੇ, ਤਾਂ ਇਹੋ ਜਿਹੀਆਂ ਭੈਣਾਂ ਬਹੁਤ ਪਈਆਂ ਨੇ, ਸੇਵਾ ਦੀ ਲੋੜ ਆ, ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਓ।